ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਹੈਗਾ ਆਪਣਾ ਨਵਾਂ ਵਲੋਗ। ਇਹ ਨਵਾਂ ਵਲੋਗ ਕਾਹਦੇ ਲਈ ਆ ਉਹ ਤੁਹਾਨੂੰ ਥੋੜ੍ਹੀ ਦੇਰ ਤੱਕ ਪਤਾ ਚੱਲ ਜੂਗਾ। ਆਪ ਮੇਰੇ ਪਿੱਛੇ ਦੇਖਦੇ ਹੋ ਨਾ ਤੁਸੀਂ, ਹਾਂ, ਕਰਤਾਰ ਟਰੈਕਟਰ, ਅਤੇ ਉਹਦੇ ਨਾਲ ਬਣਾਉਣੀ ਅੱਜ ਆਪਾਂ ਵੀਡੀਓ, ਅਤੇ ਦੱਸਾਂਗੇ ਤੁਹਾਨੂੰ ਉਹਦੀ ਪਰਫੋਰਮੈਂਸ ਅਤੇ ਕਿਵੇਂ ਦਾ ਟਰੈਕਟਰ ਆ, ਕਿੱਦਾਂ ਦਾ ਟਰੈਕਟਰ ਆ। ਇਹਦਾ ਮਤਲਬ ਕੀ ਹੈ? ਉਹਦਾ 36 ਲੱਕੀ ਨੰਬਰ ਮੰਨਦੇ ਨੇ ਜੀ ਕਰਤਾਰ ਵਾਲੇ। 36 ਉਦਾਂ ਕੋਈ ਵਿਚਲੀ ਤਾਂ ਕੋਈ ਮੀਨਿੰਗ ਨਹੀਂ ਹੈਗੀ। 68 ਹਰੇਕ ਮਾਡਲ 4x4 60 ਹਾਰਸ ਪਾਵਰ ਦਾ ਟਰੈਕਟਰ ਤੇ ਬਣਦੇ ਕਿੰਨੇ ਬਣਦੇ ਅਕਸਰ 5 ਤੇ 9 14 3 ਬਣਿਆ 14 ਤੇ 3 12 ਤੇ 6 ਤੁਹਾਨੂੰ ਨੇੜੇ ਤੋਂ ਦਿਖਾਉਂਦੇ ਆ ਟਰੈਕਟਰ। ਆਈ ਸ਼ਾਇਦ ਤੁਸੀਂ ਮੇਰੀ ਕਦੀ ਪਹਿਲੋਂ ਵੀ ਵੀਡੀਓ ਦੇਖੀ ਹੋਣੀ ਹੈ। ਟਰੈਕਟਰ ਦੇ ਨਾਲ ਅਸੀਂ ਤਵੀਆਂ ਪਾ ਕੇ 22 ਤਵੀਆਂ ਇਹਦੇ ਨਾਲ ਚਲਾਈਆਂ ਸੀਗੀਆਂ। 60 ਹਾਰਸ ਪਾਵਰ ਦਾ ਟਰੈਕਟਰ ਆ ਇਹ 4x4, ਅਤੇ ਇਹ ਸਾਡੀਆਂ 22 ਤਵੀਆਂ ਆਰਾਮ ਦੇ ਨਾਲ ਖਿੱਚਦਾ। ਆਹ ਹੈਗਾ ਟਰੈਕਟਰ, ਅਤੇ ਇਹਦੇ ਨਾਲ ਬਣਾਵਾਂਗੇ ਆਪਾਂ ਵੀਡੀਓ, ਨਾਲੇ ਦੇਖਾਂਗੇ ਇਹਦੀ ਪਰਫੋਰਮੈਂਸ ਕਿਵੇਂ ਦੀ ਆ। ਅਸੀਂ ਇਹ ਕਰਨਾ ਆ ਪਾਸ ਵਿੱਚ ਦੱਸਣਾ ਆ ਟਰੈਕਟਰ ਕਿਵੇਂ ਦਾ ਆ, ਕਿੱਦਾਂ ਆ, ਕੀ ਪਰਫੋਰਮੈਂਸ ਆ, ਬਾਕੀ ਦੱਸਾਂਗੇ ਇਹਦੇ ਕੀ ਪਾਵਰ ਵਗੈਰਾ ਦਾ ਤੁਹਾਨੂੰ ਬਾਅਦ ਦੇ ਵਿੱਚ ਦੱਸਦੇ ਹਾਂ, ਪੁੱਛ ਕੇ ਥੋੜ੍ਹਾ ਜਿਹਾ, ਕਿਉਂਕਿ ਮੈਨੂੰ ਵੀ ਟਰੈਕਟਰਾਂ ਦਾ ਬਾਹਲਾ ਇੰਨਾ ਦਾ ਨੌਲੇਜ ਨਹੀਂ ਹੈਗੀ। ਇਹਦਾ ਤੁਸੀਂ ਮਤਲਬ ਤੁਹਾਡੇ ਲਈ ਤੁਹਾਨੂੰ ਦੇ ਦਾਂਗੇ, ਅਸੀਂ ਜਦੋਂ ਉਨਾ ਕੇ ਬਣਾਉਣਾ। ਮੇਰੇ ਕੋਲ ਮੇਰੀ ਰੀਤ ਰੂਲ ਪੈ ਗਈ ਕਿਤੇ। ਚੱਲ ਲੱਡੂ ਚੱਲ, ਮੈਨੂੰ ਬੜਾ ਸਮਝਾਉਣਾ ਨਹੀਂ ਹੈਗਾ, ਤੁਸੀਂ ਬੈਠੋ ਨਹੀਂ ਰਹਿੰਦੇ, ਤੂੰ ਰਹਿੰਦੇ ਚਲਾਉਣ ਨੂੰ। ਉਹ ਚੱਪਲ ਡੇਗੀ ਹੋਈ ਚੱਪਲ ਚੱਲੀ।
ਦੋ ਕੁ ਗੇੜੇ ਕੱਢੂੰਗੀ ਨਾ ਫੇਰ ਮੇਰੇ ਤੋਂ ਸਹੀ ਚੱਲ ਪਊਗਾ। ਦੋ ਕੁ ਗੇੜੇ ਉੱਤਰ ਹੁਣ ਪੈਸੇ ਰੱਖੇ ਆ, ਚੇਨ ਰੱਖੀ ਆ, ਇਹ ਕਾਹਤੋਂ ਲੈ ਕੇ ਆਈ ਆ? ਵਿਆਹ ਚੱਲੀ ਆ? ਹਾਂ, ਫੇਰ ਕਾਹਤੋਂ ਲੈ ਕੇ ਆਈ ਸੀ? ਫੇਰ ਕਾਹਤੋਂ ਲਈ ਸੀ? ਮੇਰੇ ਲੈ ਕੇ ਆਈ ਮੈਂ ਪਾ ਲੱਡੂ ਦੇ ਰਗੜਾ ਤੇ ਹੁਣ ਇਹ ਮਹਿੰਦਰਾ ਦਾ ਲੋਗੋ ਨੀ ਬਣਦਾ, ਦੇਖਿਆ ਤੂੰ ਨੋਟਿਸ ਕੀਤਾ? ਹਾਂਜੀ ਹਾਂਜੀ ਮੈਂ ਦੇਖਿਆ, ਸਾਫ਼ ਹੋ ਗਿਆ ਪਰ ਬ੍ਰਸ਼ ਨੀ ਕਰਦਾ, ਲੱਗਦਾ ਤਾਂ ਹੈ ਨੀ ਗਾ ਲੱਗੀ ਹੋਇਆ ਕੀ ਆ ਰੋਣ ਲੱਗ ਪਈ ਪਾਪਾ ਨੇ ਬਲੌਗ ਦੇਖ ਲੈਣਾ, ਏਦਾਂ ਕਰਕੇ ਦੰਦ ਕਰਦੇ, ਏਦਾਂ ਕਰਕੇ ਦੰਦ ਲਗਾਉਂਦਾ ਲਾ ਦਿੰਦੇ ਆ ਭੈਣੇ ਹਲੇ ਕਿਹੜਾ ਚੱਲੇ ਆ, ਕਲੋਜ਼ ਤੋਂ ਘੱਟ ਬਣਾਈ ਨਾ ਅਸੀਂ ਲੈ ਲਈ ਆ ਕਰਤਾਰ ਟਰੈਕਟਰ ਦੀ ਰਾਈਡ। ਮੰਮਾ ਮੈਂ ਨਹੀਂ ਲਈ ਕੋਈ ਨਾ, ਤੇ ਅਸੀਂ ਸੋਚ ਰਹੇ ਸੀਗੇ ਵੀ ਅਸੀਂ ਨਾ ਟਰੈਕਟਰ ਖਰੀਦਣਾ ਆ, ਤੇ ਆਪਾਂ ਇਹਨਾਂ ਨੂੰ ਕਾਲ ਕੀਤੀ ਤੇ ਇਹਨਾਂ ਇਹ ਆਏ ਸਾਨੂੰ ਕਿ ਅਸੀਂ ਤੁਹਾਨੂੰ ਟ੍ਰਾਇਲ ਦੇ ਕੇ ਜਾਂਦੇ ਹਾਂ। ਸੋ ਚੱਲਣ ਦੇ ਵਿੱਚ ਬਹੁਤ ਵਧੀਆ, ਬਹੁਤ ਸ਼ਾਨਦਾਰ। ਗੁਰਸੇਵਕ ਕਹਿੰਦਾ ਮੈਂ 9:11 ਚਲਾ ਚਲਾ ਥੱਕ ਗਿਆ ਤੇ ਹੁਣ ਮੈਨੂੰ ਨਵਾਂ ਟਰੈਕਟਰ ਲੈ ਕੇ ਦਿਓ, ਤੇ ਇਸ ਲਈ ਇਹ ਆਪਾਂ ਕੁੜੀਆਂ ਤੂੰ ਹੁਣ ਤੇਰੇ ਦੰਦ ਵੀ ਨਿਕਲ ਲੱਗ ਪਏ, ਬਿਚਾਰੀ ਸਾਰੇ ਬਿਚਾਰੀ ਦੇ ਖਿਲਾਫ ਤੈਨੂੰ ਮਾਰ ਦੇ, ਜ਼ੋਰ ਦੀ ਨਾ ਮਾਰੀ, ਆਵਾਜ਼ ਵੀ ਹੋਣੀ ਚਾਹੀਦੀ। ਮਾਰ ਮਾਰ ਦੇ, ਉਹ ਇੱਟ ਮਾਰ ਦੇ ਉਹਦੇ, ਉਹ ਪਈ ਇੱਟ ਮਾਰ ਦੇ, ਗੁੱਸਾ ਆ ਗਿਆ ਅੱਖਾਂ ਦੇ ਵਿੱਚ, ਗੁੱਸਾ ਲਾਲ ਹੋ ਜਾਂਦੇ ਨੇ। ਹਾਂਜੀ ਸਾਈਡ ਹੋ ਜੀ, ਚਲੋ ਬਈ ਸਾਈਡ ਹੋਵੋ। ਚਲੋ ਲੱਡੂ ਸ਼ੂਟ ਲੱਗਾ ਹੁਣ ਕਹਿੰਦੇ ਟਰੈਕਟਰ ਤੇ, ਇੱਧਰ ਆ ਜਾਓ ਲੱਡੂ। ਕੀ ਹੋਈ ਲੜਾਈ ਹੋ ਗਈ? ਆ ਗਈ
ਚੱਕ ਲਾ ਯਾਰੇ ਤੈਨੂੰ ਪੀਣਾ ਮੈਂ ਪੀਣੀ ਨਹੀਂ ਨਿਆਣਿਆਂ ਨੇ ਵੀ ਉਹ ਪੀਣਾ ਜਸੂ ਜੂਸ ਹਿੰਦੀ ਦਾ ਤੇ ਨਹੀਂ ਜਸੂ ਪੀ ਲੈਂਦਾ ਜਸੂ ਪੀ ਲਾ ਆਇਆ ਮੈਂ ਵੀ ਪੀਣੀ ਲੱਗਾ ਮਨ ਕਰਦਾ ਹੁਣ ਆ ਜਾਣਾ ਬਾਕੀ ਲੱਡੂ ਕੀ ਕਹਿੰਦਾ ਸੀ ਪੌਜ ਨਹੀਂ ਮੈਂ ਕੀ ਕਹਿੰਦਾ ਗਾਇ ਨੂੰ ਪਿਆ ਖਾਣਾ ਤੇ ਕੱਚਾ ਰਹਿੰਦਾ ਅੱਛਾ ਇਹ ਤੂੰ ਮੈਂ ਤੈਨੂੰ ਗਾਂ ਵੀ ਗੋਦੀ ਖਾਣਾ ਤੂੰ ਦੀ ਮੈਂ ਤੈਨੂੰ ਪੰਜ ਆਇਆ ਮੇਰੇ ਨਾਲ ਸਾਰਾ ਬਲੌਗ ਖਰਾਬ ਕਰ ਦਿਆ ਇਸ ਬੰਦੇ ਨੇ ਇਹ ਦੇਖੀਏ ਉਹ ਹੈਡ ਟੇਲਸ ਖੇਲਦੇ ਆ ਆਪਣਾ ਇਧਰ ਹੈਡ ਤੇ ਟੇਲ ਖੇਡਦੇ ਆ ਜੇ ਟੇਲ ਆ ਗਿਆ ਤਾਂ ਲੱਡੂ ਦੇ ਪੈਣੀ ਆ ਸਾਲਾ ਜਾ ਜਾ ਹੈਡ ਆ ਗਈ ਹੁਣ ਉਹਦੇ ਪਊਗੀ ਚਲੋ ਦਿਖਾ ਲੱਡੂ ਚੱਲ ਮੇਰੇ ਤੋਂ ਮਾਰ ਲੈ ਟੇਲ ਆ ਗਈ ਇਹ ਕਿਹੜੀ ਗੇਮ ਆ ਯਾਰ ਵਧੀਆ ਨਹੀਂ ਗੇਮ ਲੱਡੂ ਦੇਸੀ ਹੀ ਗੇਮ ਖੇਲੀ ਜਾਂਦੇ ਕੀ ਰੈਡਿੰਗ ਸਹੀ ਆ ਹੈ ਹੈ ਕੀ ਰੈਡਿੰਗ ਸੋਹਣੀ ਆ ਰੈਡਿੰਗ ਤੇਰੀ ਸੋਹਣੀ ਆ ਨਾਲ ਨੂੰ ਵਧੀਆ ਵਧੀਆ ਲੱਗਦਾ ਰੰਗ ਤਾਂ ਸੱਜ ਗਈਆਂ ਟਰੈਕਟਰ ਦੇ ਉੱਤੇ ਮੈਂ ਤਾਂ ਬਹੁਤ ਕੁਛ ਕਹਿੰਦੀ ਆ ਇੱਧਰ ਵੀ ਸਾਡਾ ਜੱਸੂ ਜੱਸੂ ਸਾਡਾ ਜੱਸੂ 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 ਵੀ ਸਾਡਾ ਅੱਟ ਗਿਆ ਹੈ ਨਾ ਓ ਜੱਸੇ ਓ ਜੱਸਿਆ ਜੱਸਿਆ ਅਸ ਕਿਤੇ ਦਿਖਾ ਦੇ ਚਲੀਏ ਘਰ ਨੂੰ ਫਿਰ ਦੂਸਰੇ ਚ ਬਣਾ ਲਵਾਂ ਸੀਗੇ ਕਰਤਾਰ ਵਾਲੇ ਤੇ ਅਸੀਂ ਲੈ ਲਏ ਝੂਟੇ ਬਹੁਤ ਸਾਰੇ ਗੇੜੀਆਂ ਕੱਢੀਆਂ ਬੜਾ ਵਧੀਆ ਚੱਲਦਾ ਟਰੈਕਟਰ ਉੱਚਾ ਜਿਹਾ ਘੈਂਟ ਜਿਹਾ ਕਾਰ ਜਿੰਨਾ ਸੌਖਾ ਆ ਸਾਡਾ 9-11 ਤਾਂ ਔਖਾ ਹੀ ਬਹੁਤ ਆ ਮੈਨੂੰ ਤਾਂ ਉਹਦੇ ਗੇਰੇ ਨਹੀਂ ਪਤਾ ਲੱਗਦੇ ਚੱਲੀਏ ਗੋਡਾਊਨ 'ਚ ਉਹ ਸਾਡੀ ਮਾਤਾ ਉਹ ਸਾਡਾ ਡੈਡੀ ਉਹ ਲੱਗਿਆ ਗੱਲਾਂ ਕਰਨ ਉਹ ਮੇਰੀ ਗੱਡੀ ਸਾਡੀ ਡੱਡੀ 10 ਫੁੱਟਾ ਸੁਹਾਗਾ ਉਹ ਤਵੀਆ ਨਿਬੜ ਗਿਆ ਹਾਏ ਚਲੋ ਚੱਲੀਏ ਵਰਕਸ਼ਾਪ ਡਰੰਮ ਡਰੁੰਮ ਕਿੱਦਾਂ ਬਾਹਰ ਕੱਢੇ ਆ ਡਰੰਮ ਡਰੁੰਮ ਕਿੱਦਾਂ ਬਾਹਰ ਕੱਢੇ ਆ ਦੁਖਦੀ ਗੱਲ ਦੁਖਦੀ ਨਹੀਂ ਦੱਸਦੀ ਤੇ ਕਿ ਨਹੀਂ ਦੱਸਦੀ ਕਿੱਥੇ 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 ਕਿੱਥੇ
ਚਲੀਏ ਫੇਰ ਬਾਈ ਤਾਂ ਕਰ ਦਿੱਤਾ ਬਾਈ।